ਪੰਜਾਬ ਵਿੱਚ ਨਸ਼ੇ ਦਾ ਮੁੱਦਾ ਲਗਾਤਾਰ ਉੱਠਦਾ ਹੀ ਰਿਹਾ। ਨਸ਼ੇ ਉੱਤੇ ਜਿੱਥੇ ਇੱਕ ਪਾਸੇ ਵਿਰੋਧੀ ਧਿਰ ਵੱਲੋਂ ਮੌਜੂਦਾ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਉੱਥੇ ਹੀ ਮੌਜੂਦਾ ਸਰਕਾਰ ਵੱਲੋਂ ਦੂਜੇ ਸੂਬਿਆਂ ਦੀ ਨਸ਼ੇ ਨੂੰ ਲੈ ਕੇ ਪੰਜਾਬ ਨਾਲ ਤੁਲਨਾ ਕਰਨਾ ਗੁਆਂਢੀ ਸੂਬਿਆਂ ਤੋਂ ਤਿੱਖੇ ਪ੍ਰਤੀਕਰਮ ਸਾਹਮਣੇ ਲਿਆਉਂਦਾ। ਇਸੇ ਦੇ ਨਾਲ ਨਸ਼ੇ ਦੇ ਮੁੱਦੇ ਉੱਤੇ ਹੀ ਕਦੀ ਅਕਾਲੀ ਦਲ ਦੇ ਬਹੁਤ ਖਾਸ ਬਣੇ ਜਾਂਦੇ ਅਤੇ ਅੱਜ ਕਾਂਗਰਸ ਦੇ ਸਕੇ ਬਣੇ ਹੋਏ ਹੰਸਰਾਜ ਹੰਸ ਨੇ ਤਿੱਖਾ ਸ਼ਬਦੀ ਹਮਲਾ ਬੋਲਿਆ। ਤੁਸੀਂ ਖੁਦ ਹੀ ਸੁਣ ਲਓ ਹੰਸਰਾਜ ਹੰਸ ਜੀ ਨੇ ਕੀ ਕਿਹਾ। ਇਹ ਕਿਹਨੇ ਨੇ ਕਿਹਾ? ਅੱਛਾ, ਥੋੜ੍ਹੇ ਹੀ ਰਹਿ ਗਏ ਹੁਣ ਜਿਹੜੇ ਜਨ ਜਿਹੜੇ ਹੋਸ਼ ਵਿੱਚ ਫਿਰਦੇ ਆ, ਥੋੜ੍ਹੇ ਹੀ ਰਹਿ ਗਏ ਹੁਣ ਜਿਹੜੇ ਜਨ ਜਿਹੜੇ ਹੋਸ਼ ਵਿੱਚ ਫਿਰਦੇ ਆ। ਹੰਸਰਾਜ ਹੰਸ ਦੇ ਇਸ ਬਿਆਨ ਨੇ ਇੱਕ ਨਵੀਂ ਚਰਚਾ ਨੂੰ ਤੂਲ ਦੇ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਬਿਆਨ ਨਾਲ ਅਸਿੱਧੇ ਰੂਪ ਵਿੱਚ ਹੰਸਰਾਜ ਹੰਸ ਨੇ ਨਸ਼ੇ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ 'ਤੇ ਹਮਲਾ ਬੋਲਿਆ।